ਤੁਸੀਂ ਦੇਖ ਰਹੇ ਹੋ ਨਕੋਦਰ ਨਿਊਜ਼ ਰਿਪੋਰਟ। ਥਾਣਾ ਪਿਕਣ ਦੀ ਪੁਲਿਸ ਵੱਲੋਂ ਨਸ਼ੇ ਦੀ ਖੇਪ ਸਮੇਤ ਲੁੱਟਾ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਆਓ ਦੇਖਦੇ ਹਾਂ ਗੁਰਪ੍ਰੀਤ ਗੋਲਾ ਦੀ ਖਾਸ ਰਿਪੋਰਟ। ਕੱਲ 29/6 ਨੂੰ ਸਾਡੇ ਸਬ ਇੰਸਪੈਕਟਰ ਭਿੱਖੀ ਮਿੰਟ ਲੱਗੇ ਨਰਿੰਦਰ ਸਿੰਘ ਜੀ, ਇਹਨਾਂ ਚੇਲਾ ਮੋੜ ਕਲੋਨੀ 'ਤੇ ਨਾਕਾਬੰਦੀ ਕੀਤੀ ਹੋਈ। ਸਾਡੇ SSP ਸਾਹਿਬਾ ਸਰਦਾਰ ਕੁਲਦੀਪ ਸਿੰਘ ਚਹਿਲ IPS, ਉਹਨਾਂ ਵੱਲੋਂ ਸਪੈਸ਼ਲ ਅਦਾਲਤ ਇਹ ਕਿ ਜਿਹੜੀਆਂ ਟੂ ਵਹੀਕਲਸ ਜਿਹੜੇ ਹੈਗੇ ਨੇ, ਜਿਹੜੇ ਬਾਈਕ ਨੇ, ਇਹਨਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾਵੇ। ਉਹ ਨਾਕੇ ਦੌਰਾਨ ਦੋ ਮੁੰਡੇ ਜਿਹੜੇ ਹੈ ਉੱਧਰੋਂ ਅਮਰਪੁਰ ਸਾਈਡ ਤੋਂ ਆਏ ਸੀ, ਜਿਹਨਾਂ ਨੂੰ ਇਹਨਾਂ ਨੇ ਇਸ਼ਾਰਾ ਕਰਨ ਦਾ ਕੁਝ ਕੀਤਾ ਅਤੇ ਉਹ ਭੱਜਣ ਲੱਗੇ ਅਤੇ ਉਹਨਾਂ ਨੂੰ ਕਾਬੂ ਕਰ ਲਿਆ। ਸ਼ੱਕ ਪੈ ਗਿਆ ਉਹਨਾਂ ਨੂੰ ਕੋਈ ਚੀਜ਼ ਨਸ਼ੀਲੀ ਹੋ ਸਕਦੀ ਹੈ। ਇਹਨਾਂ ਨੇ ਮੈਨੂੰ ਮੌਕੇ 'ਤੇ ਬੁਲਾਇਆ, ਜਦੋਂ ਮੌਕੇ 'ਤੇ ਲੈ ਕੇ ਇਹਨਾਂ ਦੀ ਤਲਾਸ਼ੀ ਕੀਤੀ ਤਾਂ ਇਹਨਾਂ ਕੋਲ 550 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਬਰਾਮਦ ਹੋਈ, ਜਿਹਨਾਂ ਬਾਰੇ ਇਹਨਾਂ ਦੱਸਿਆ ਵੀ ਅਸੀਂ ਉੱਥੋਂ ਫਤਿਹਗੜ੍ਹ ਕੁੜੀਆਂ ਪਿੰਡ ਸਮਰਾਏ ਹੈ, ਇਹ ਅਸੀਂ ਉੱਥੋਂ ਲੈ ਕੇ ਜਨਰਲ ਸੋਹ ਸਿੰਘ ਦਾ ਕਮਾਂਡਾ ਉਹਨੂੰ ਅਸੀਂ ਇਹ ਦੇਣੇ ਹੈ। ਉਸ ਤੋਂ ਬਾਅਦ ਜਦੋਂ ਅੱਗੇ ਇਹਦੀ ਫਰਦਰ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਦੱਸਿਆ ਕਿ ਅਸੀਂ ਘੱਟੋ ਘੱਟ ਇਸ ਏਰੀਏ ਦੇ ਵਿੱਚ 20-22 ਵਾਰਦਾਤਾਂ ਕੀਤੀਆਂ ਨੇ ਸਨੈਚਿਕ ਦੀਆਂ, ਕੁਛ ਭਿੱਖੀ ਪਿੰਡ, ਕੁਛ ਬਲਟੋਆ, ਕੁਛ ਚਵਾਲ, ਪੱਟੀ, ਤਰਨ ਤਾਰਨ ਦੇ ਵਿੱਚ ਜਿਹੜੇ ਲੋਕ ਪੈਸੇ ਕਢਾ ਕੇ ਜਾਂਦੇ ਨੇ ਉਹ ਕੁੜਤੇ ਪਜਾਮੇ 'ਚ ਹੁੰਦੇ ਨੇ, ਕੁੜਤਾ ਪਜਾਮੇ ਜੇਬ ਨੂੰ ਇਹ ਖਿੱਚ ਕੇ ਲੈ ਜਾਂਦੇ ਨੇ। ਕੁਛ ਕੇਸ ਜਿਹੜੇ ਸਾਡੇ ਭਿੱਖੀ ਪਿੰਡ 'ਚ ਰਜਿਸਟਰਡ ਨੇ, ਬਲਟੋਏ ਰਜਿਸਟਰਡ ਨੇ, ਪੱਟੀ ਰਜਿਸਟਰਡ ਨੇ, ਚਵਾਲ ਵੀ ਰਜਿਸਟਰਡ ਨੇ, ਉਹਨਾਂ ਦੇ ਵਿੱਚ ਇਹਨਾਂ ਦਾ ਅਸੀਂ ਵੱਖਰੀ ਇਹਨਾਂ ਦੇ ਵਿੱਚ ਰਸ ਪਾਵਾਂਗੇ। ਪਹਿਲੇ ਤਾਂ ਅੱਜ ਪੇਸ਼ ਅਦਾਲਤ ਕੀਤੇ ਜਿਹਨਾਂ ਦੇ ਵਿੱਚ ਇਹ 2 ਦਿਨ ਦਾ ਪੁਲਿਸ ਰਿਮਾਂਡ 'ਤੇ NDP ਸੈਕਟਰ ਮੁਕੰਦਮੇ 'ਚ ਨੇ। ਸਰ ਜ਼ਿਲ੍ਹੇ ਤੋਂ ਬਾਹਰ ਵੀ ਇਹਨਾਂ ਨੇ ਵਾਰਦਾਤਾਂ ਕੋਈ ਪ੍ਰਾਇਮਰੀ ਪੁੱਛਗਿੱਛ ਮੰਨੀਆਂ ਨੇ? ਹਾਂ, ਇਹਨਾਂ ਦੇ ਵਿੱਚ ਇੱਕ ਜਿਹਨੇ ਆਪਣਾ ਨਾਮ ਮਨਦੀਪ ਸਿੰਘ ਦੱਸਿਆ, ਐਕਚੁਅਲੀ ਉਹਦਾ ਨਾਂ ਸਰਬਜੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਖਡੂਰ ਸਾਹਿਬ ਹੈ, ਲੰਮੇ ਦੀ ਪੱਤੀ ਦੇ ਵਿੱਚ ਰਹਿੰਦਾ ਹੈ। ਇਹਦੇ ਖਿਲਾਫ਼ ਪਹਿਲਾਂ ਜੰਡਿਆਲਾ ਗੁਰੂ ਦੇ ਵਿੱਚ, ਸਿੱਖ ਤਰਨ ਤਾਰਨ ਦੇ ਵਿੱਚ, ਸਰਹਾਲੀ ਦੇ ਵਿੱਚ ਖੋਹਾਂ ਦੇ ਮੁਕੱਦਮੇ ਦਰਜ ਨੇ, ਪਰ ਉਹਨਾਂ 'ਚ ਇਹ ਮੁੜ ਕੇ ਗੈਰ ਹਾਜ਼ਰ ਹੋ ਗਿਆ, ਉੱਥੋਂ ਇਹ ਸਾਰੇ ਮੁਕੱਦਮੇ 'ਚ PU ਹੈ। ਉਸੇ ਕਰਕੇ ਹੀ ਇਹ PO ਦੇ ਡਰ ਕਰਕੇ ਕੋਈ ਫੜਿਆ ਨਾ ਜਾਵੇ, ਇੰਨੇ ਗਲਤ ਨਾਮ ਆਪਣਾ ਮਨਦੀਪ ਸਿੰਘ ਲੈ ਕੇ ਇਹ ਹੁਣ ਰਾਮਤੀਰਥ ਰੋਡ 'ਤੇ ਰਹਿ ਰਹੇ। ਸਰ ਜਿਹੜੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਸੀ, ਮੋਸਟਲੀ ਸਾਹਮਣੇ ਆਇਆ ਕਿ ਮੋਟਰਸਾਈਕਲ ਦੇ ਉੱਤੇ ਕਰਦੇ ਸੀਗੇ ਜੀ? ਬਿਲਕੁਲ, ਜਿਹੜਾ ਇਹ ਅਪਾਚੇ ਮੋਟਰਸਾਈਕਲ ਹੈਗਾ ਹੈ, ਇਹਨਾਂ ਨੇ ਇਹ ਚੋਰੀ ਕੀਤਾ ਹੈ। ਇਹਨੇ ਜਿਹੜਾ ਇਹ ਸਰਬਜੀਤ ਹੈਗਾ ਉੱਥੋਂ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਇਹ ਦੂਸਰੇ ਸਾਥੀ ਨੂੰ ਆਪਣੇ ਤਰਨ ਤਾਰਨ ਸਦ ਲੈਂਦਾ, ਉੱਥੋਂ ਬਿਠਾ ਕੇ ਇਹ ਪਰ ਲੈ ਕੇ ਜਾਂਦਾ। ਇਹਦੇ ਦਿਮਾਗ 'ਚ ਇੱਕ ਗੱਲ ਹੈਗੀ ਹੈ ਕਿ ਜਿਹੜੇ ਖੇਮਕਰਨ ਬਟੋਆ ਭਿੱਖੀਵਿੰਡ ਦੇ ਏਰੀਏ ਦੇ ਲੋਕ ਨੇ ਉਹ ਜ਼ਿਆਦਾਤਰ ਕੁੜਤੇ ਪਜਾਮੇ ਪਾਉਂਦੇ ਨੇ, ਉਹਨਾਂ ਦੇ ਵਿੱਚ ਜਿਹੜੀ ਸੱਜੀ ਜੇਬਾਂ 'ਚ ਪੈਸੇ ਹੋਏ ਨੇ। ਜਦੋਂ ਦੇਖ ਲੈਂਦੇ ਵੀ ਇਸ ਜਾਨ ਜਿਹੜਾ ਮੋਟਰਸਾਈਕਲ ਬਾਈਕ 'ਤੇ ਜਾ ਰਿਹਾ ਉਹਦੀ ਸੇਬ ਜੇਬ ਭਾਰੀ ਹੈ ਅਤੇ ਉਹ ਜੇਬ ਲਾਗੋ ਜਾ ਕੇ ਖਿੱਚ ਕੇ ਭੱਜ ਜਾਂਦੇ। ਅਤੇ ਸਰ ਜਿਹੜੇ ਮੋਟਰਸਾਈਕਲ ਇਹਨਾਂ ਨੇ ਆਪਣਾ ਖਰੀਦ ਕੀਤਾ ਹੋਇਆ ਜਾਂ ਚੋਰੀ ਦਾ? ਨਹੀਂ, ਇਹ ਚੋਰੀ ਦਾ ਮੋਟਰਸਾਈਕਲ ਹੈ। ਸਰ ਹੁਣ ਤੱਕ ਕਿੰਨੀਆਂ ਕੁ ਜਿਹੜੀਆਂ ਇਹਨਾਂ ਨੇ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਪ੍ਰਾਇਮਰੀ ਪੁੱਛਗਿੱਛ ਇਹਨਾਂ ਨੇ ਤੁਹਾਨੂੰ ਦੇ ਸਾਹਮਣੇ? ਸਾਡੇ ਭਿੱਖੀਵਿੰਡ ਦੇ ਏਰੀਏ 'ਚ 3, ਬਲਟੋਏ ਦੇ ਏਰੀਏ 'ਚ 1-2, 3 ਪੱਟੀ ਦੇ ਏਰੀਏ ਵਿੱਚ 3, ਚਵਾਲ ਦੇ ਏਰੀਏ ਦੇ ਵਿੱਚ ਜਿਹੜੀਆਂ ਸਾਡੀਆਂ ਇਹ ਰਜਿਸਟਰਡ ਵਾਰਦਾਤਾਂ ਨੇ। ਕੁਛ ਵਾਰਦਾਤਾਂ ਅਨਰਜਿਸਟਰਡ ਨੇ ਜਿਨ੍ਹਾਂ ਕੋਲੋਂ ਇਹ ਵੀ ਮੰਨਦੇ ਆ ਕਿ ਕਈਆਂ ਲੋਕਾਂ ਦੇ ਵਿੱਚੋਂ ਜਦੋਂ ਜੇਬ ਖਿੱਚ ਕੇ ਲੈ ਕੇ ਜਾਂਦੇ ਹਾਂ ਉਹਨਾਂ 'ਚ ਪੈਸੇ ਨਹੀਂ ਮਿਲਦੇ, ਉਹ ਕੋਈ ਕਾਗਜ਼ ਪੱਤਰ ਹੁੰਦੇ ਆ, ਤਾਂ ਉਹ ਜਿਹੜੇ ਲੋਕ ਜਿਨ੍ਹਾਂ ਦੇ ਪੈਸੇ ਨਹੀਂ ਗਏ ਹੁੰਦੇ ਉਹ ਪੁਲਿਸ ਕੋਲੋਂ ਇਤਲਾਹ ਦੇਣ ਹੀ ਨਹੀਂ ਆਉਂਦੇ, ਉਹ ਇਹਦੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ ਨੇ ਉਹ ਰਜਿਸਟਰਡ ਨਹੀਂ। ਸਰ ਕਿਹੜੀ ਧਾਰਾ ਦੇ ਤਹਿਤ ਇਹਨਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ? ਹਾਲਦੀ ਕਿਰਤ ਦੇ NDPS ਸੈਕਟਰ ਦੇ ਤਹਿਤ ਇਹਨਾਂ ਮੁਕੱਦਮਾ ਦਰਜ ਕੀਤਾ। ਬਾਕੀ ਜਿਹੜਾ ਇਹਨੇ ਫੇਕ ਆਪਣਾ ਨਾਂ ਦੱਸਿਆ ਉਹਦੇ ਸੰਬੰਧ ਵਿੱਚ ਵੱਖਰੀ ਉਹਦੀ ਧਾਰਾ ਵੀ ਲਈ ਗਈ। ਅਤੇ ਸਰ ਬਰਾਮਦਗੀ ਕੀ ਕੀ ਇਹਨਾਂ ਤੋਂ? 550 ਗ੍ਰਾਮ ਇਹਨਾਂ ਕੋਲੋਂ ਹੈਰਨ ਬਰਾਮਦ ਹੋਈ ਹੈ। ਇੱਕ ਇਹਨਾਂ ਕੋਲ ਚਾਕੂ, ਬੜਾ ਨਕੀਲਾ ਜਿਹਾ ਛੋਟਾ ਜਿਹਾ ਚਾਕੂ ਹੈ, ਜਦੋਂ ਉਹ ਜੇਬ ਖਿੱਚਦੇ ਆ ਤਾਂ ਉਹ ਨਾਲ ਹੀ ਮਾਰ ਦਿੰਦੇ ਆ, ਨਾਲ ਉਹ ਤਾਂ ਜੇਬ ਨਾਲ ਹੀ ਉਹਦੇ ਹੱਥ 'ਚ ਆ ਜਾਂਦੀ ਹੈ। ਇਹ ਸਰ ਹੋਰ ਵੀ ਇਹਨਾਂ ਦੇ ਕੋਈ ਸਾਥੀ ਆਏ ਸਾਹਮਣੇ ਪੁੱਛ ਕੇ ਕਿ ਇਹੀ ਦੋਵੇਂ ਕਰਵਾ ਲਏ? ਹਾਲ ਦੀ ਕੜੀ ਅੱਜ ਅਸੀਂ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਤਾਂ ਇਹਦੀ ਕੋਸ਼ਿਸ਼ ਕਰਾਂਗੇ, ਬਕਾਇਦਾ ਡਿਗਾਈ ਦਾ ਜਾਵਾਂ, ਦੇਖਾਂਗੇ ਇਹਨਾਂ ਹੋਰ ਐਸੋਸੀਏਟ ਨਹੀਂ ਹੈਗੇ। ਸਰ ਨਸ਼ੇ ਦੀ ਵਿਕਰੀ ਵੀ ਕਰਦੇ ਸੀ ਕਿ ਜਾਂ ਲੁੱਟ ਖੋਹ ਤੱਕ ਹੀ ਸੀ? ਨਹੀਂ, ਨਸ਼ੇ ਦੀ ਇਹ ਜਿਹੜਾ ਹੈਗਾ ਸਰਬਜੀਤ ਸਿੰਘ ਇਹ ਆਪ ਨਸ਼ੇ ਅਡਿਕਟਡ ਹੈਗਾ ਅਤੇ ਨਸ਼ਾ ਕਰਦਾ ਵੀ ਅਤੇ ਨਸ਼ਾ ਵੇਚਦਾ ਵੀ ਹੈਗਾ। ਸਰ ਹੁਣ ਕਿੰਨੇ ਦਿਨ ਦਾ ਰਿਮਾਂਡ ਮਿਲਿਆ? 2 ਦਿਨ ਦਾ ਪੁਲਿਸ ਰਿਮਾਂਡ ਹੈ। ਅਤੇ ਸਰ ਕੀ ਨਾਂ ਇਹਨਾਂ ਦੇ ਲੋਨ ਦੇ? ਇੱਕ ਦਾ ਨਾਂ ਸ਼ਵੇਕ ਸਿੰਘ ਛੇਗਾ ਹੈ, ਪੁੱਤਰ ਅਜੀਤ ਸਿੰਘ, ਪਿੰਡ ਮੱਲਾ, ਬੈਰਵਾਲ 'ਚ ਪੈਂਦਾ ਜੀ। ਦੂਸਰਾ ਉਹਨੇ ਆਪਣਾ ਨਾਮ ਮਨਦੀਪ ਸਿੰਘ ਦੱਸਿਆ, ਐਕਚੁਅਲੀ ਉਹਦਾ ਨਾਂ ਸਰਬਜੀਤ ਸਿੰਘ, ਪੁੱਤਰ ਸਤਨਾਮ ਸਿੰਘ, ਲੰਮੇ ਦੀ ਪੱਤੀ, ਖਡੂਰ ਸਾਹਿਬ।